ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਿਮਰਨਜੀਤ ਸਿੰਘ ਮਾਨ, ਪੰਥ ਦਾ ਦਾਸ, ਨਿਮਰਤਾ ਸਹਿਤ ਬੇਨਤੀ ਕਰਦੇ ਕਿ ਸਾਡੇ ਵੱਡੇ ਵਡੇਰਿਆਂ ਨੇ ਅਕਾਲ ਤਖ਼ਤ ਤੋਂ ਇੱਕ ਅਪੀਲ ਹੋਈ ਹੈ ਕਿ ਸਾਰੇ ਸਿੱਖ ਲਸੰਸੀ ਅਸਲਾ ਰੱਖਣ। ਸਾਡੀ ਪਾਰਟੀ ਦੀ ਖਾਹਿਸ਼ ਹੈ ਹਮੇਸ਼ਾ ਤੋਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ, ਸ਼ਸਤਰੋਂ ਕੇ ਅਧੀਨ ਹੈ ਰਾਜ, ਅਤੇ ਜਿੰਨਾ ਚਿਰ ਆਪਣਾ ਰਾਜ ਨਹੀਂ ਆਉਂਦਾ ਤਾਂ ਫਿਰ ਆਪਾਂ ਨੇ ਲਸੰਸ ਲੈ ਕੇ ਆਪਣੇ ਕੋਲ ਸ਼ਸਤਰ ਜ਼ਰੂਰੀ ਰੱਖਣੀ ਹੈ। ਅਤੇ ਇਹ ਅਪੀਲ ਜਿਹੜੀ ਤਖ਼ਤ ਸਾਹਿਬ ਤੋਂ ਹੋਈ ਹੈ, ਇਹ ਅਸੀਂ ਸਮਝਦੇ ਹਾਂ ਅੱਜ ਦੇ ਸਮੇਂ ਦੇ ਵਿੱਚ ਇਹ ਸਾਡੀ ਕੌਮ ਦੇ ਲਈ ਇੱਕ ਜ਼ਰੂਰੀ ਲੋੜ ਹੈ ਅਤੇ ਦਸਵੇਂ ਪਾਤਸ਼ਾਹ ਦਾ ਹੁਕਮ ਹੈ। ਹੁਣ ਘੱਲੂਘਾਰਾ ਦੇ ਵਸਾਰੇ ਹੈ, ਅਸੀਂ ਉਸ ਨੂੰ ਬਹੁਤ ਅਮਨ ਪਸੰਦ ਤਰੀਕੇ ਦੇ ਨਾਲ ਮਨਾਉਣਾ ਔਰ ਲੋਕਾਂ ਨੂੰ ਦੱਸਣਾ ਕਿ ਸਾਡੀ ਜਿਹੜੀ ਕੌਮ ਸਟੇਟਲੈਸ ਹੈ ਇਹਦੇ ਉੱਤੇ ਹਕੂਮਤ ਇੰਡੀਆ ਦੇ ਨੇ 1984 ਦੇ ਵਿੱਚ ਸੋਵੀਅਤ ਰੂਸ, ਬਰਤਾਨੀਆ ਅਤੇ ਇੰਡੀਆ ਦੀਆਂ ਫੌਜਾਂ ਦੇ ਨਾਲ ਸਾਡੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਿਉਂ ਕੀਤਾ, ਸਾਡੇ ਸਿੱਖ ਸ਼ਹੀਦ ਕਿਉਂ ਕੀਤੇ, ਅਤੇ ਸਾਡੀ ਨਵੀਂ ਪੁੰਗਰਦੀ ਹੋਈ ਸਿੱਖਾਂ ਦੀ ਲੀਡਰਸ਼ਿਪ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਮਤਹਿਤ ਉਸ ਦਾ ਖਾਤਮਾ ਕਿਉਂ ਕੀਤਾ ਹੈਗਾ। ਸਾਨੂੰ ਪਤਾ ਹੈ ਕਿ ਪੰਜਾਬ ਸਰਕਾਰ 6 ਤਰੀਕ ਤੋਂ ਪਹਿਲਾਂ ਸੈਂਟਰ ਦੀਆਂ ਸੁਰੱਖਿਆ ਦਲਾਂ ਹੋਰ ਮੰਗਾ ਰਹੇ ਹੈ। ਇਹ ਹਕੂਮਤਾਂ ਦੀ ਮਰਜ਼ੀ ਹੁੰਦੀ ਹੈ, ਪਰ ਜਿਹੜੇ ਜਮਹੂਰੀਅਤ ਪਸੰਦ ਮੁਲਕ ਹੁੰਦੇ ਹੈ ਉਹ ਮੀਟਿੰਗਾਂ ਕਰਦੇ ਹੈ, ਕਾਨਫਰੰਸ ਕਰਦੇ ਹੈ ਕਿ 1984 ਦੇ ਵਿੱਚ ਇੰਦਰਾ ਗਾਂਧੀ, ਬੀ ਜੇ ਪੀ, ਸੀ ਪੀ ਆਈ, ਸੀ ਪੀ ਐਮ, ਲੋਕ ਦਲ ਨੇ ਇਕੱਠੇ ਹੋ ਕੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਿਉਂ ਕਰਵਾਇਆ। ਫਿਰ ਅਸੀਂ ਹੁਣ 25 ਤਰੀਕ ਨੂੰ ਗੁਰਦੁਆਰਾ ਸਾਹਿਬ ਗੰਗਾਨਗਰ ਦੇ ਵਿੱਚ ਬਾਬਾ ਦੀਪ ਸਿੰਘ ਵਾਲਾ ਉੱਥੇ ਇਕੱਠੇ ਹੋਣਾ ਅਤੇ ਫਿਰ ਜਿਹੜੇ ਸਾਡੇ ਸਿੱਖਾਂ ਨੂੰ ਉੱਥੇ ਪਾਬੰਦੀਆਂ ਲੱਗੀਆਂ ਹੋਈਆਂ ਕਿ ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਨਾਂ ਨਹੀਂ ਲੈਣਾ, ਉਹ ਜਿਹੜੀ ਰੋਕ ਹੈ ਉਸ ਨੂੰ ਇਕੱਠੇ ਹੋ ਕੇ ਤੁੜਾਉਣਾ। 1 ਜੂਨ ਨੂੰ ਬਰਗਾੜੀ ਵਿਖੇ ਅਸੀਂ ਵੱਡਾ ਇਕੱਠ ਕਰ ਰਹੇ ਹਾਂ ਕਿ ਜਿਹੜੇ ਸਾਡੇ ਬੰਦੀ ਹੁਣ 30-30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਅਜੇ ਤੱਕ ਕਿਉਂ ਨਹੀਂ ਛਡਾਇਆ ਗਿਆ, ਜਦਕਿ ਸਾਡੇ ਨਾਲ ਕਾਂਗਰਸ ਪਾਰਟੀ ਨੇ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਵਾਅਦੇ ਕੀਤੇ ਸੀਗੇ ਕਿ ਅਸੀਂ ਸਾਰੇ ਬੰਦੇ ਅਤੇ ਬੰਦੀ ਛਡਾਵਾਂਗੇ। ਇਹ 11 ਤਰੀਕ ਨੂੰ SGPC ਦੇ ਵਿੱਚ ਜਾ ਕੇ ਮੈਂ ਸਾਰਿਆਂ ਨਾਲ ਮਿਲ ਕੇ ਇਹ ਵੀ ਦਲੀਲ ਦਿੱਤੀ ਹੈ ਕਿ ਹਰ ਸੂਰਤ ਦੇ ਵਿੱਚ ਆਪਾਂ ਨੂੰ ਬੰਦੀਆਂ ਨੂੰ ਛੁਡਾਉਣਾ ਪਊਗਾ ਅਤੇ 1946 ਦਾ ਜਿਹੜਾ ਖਾਲਿਸਤਾਨ ਦਾ ਮਤਾ ਸਰਦਾਰ ਬਲਵੰਤ ਸਿੰਘ ਕੁੱਕੜ ਨੇ ਪੇਸ਼ ਕੀਤਾ ਸੀਗਾ ਖਾਲਿਸਤਾਨ ਦਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ, ਉਸੇ ਸਮੁੰਦਰੀ ਹਾਲ ਦੇ ਵਿੱਚ ਇੱਕ ਵਾਰੀ ਫਿਰ 11 ਮਈ ਨੂੰ ਇਹ ਮਤਾ ਸਰਬਸੰਮਤੀ ਦੇ ਨਾਲ ਅਸੀਂ ਪਾਸ ਕਰਵਾਇਆ। ਉੱਥੇ ਕਈ ਲੀਡਰ ਸੀਗੇ ਜਿਨ੍ਹਾਂ ਨੇ ਪਹਿਲਾਂ ਖਾਲਿਸਤਾਨ ਦੀ ਸਹਿਮਤੀ ਨਹੀਂ ਸੀ ਦਿੱਤੀ, ਪਰ 11 ਤਰੀਕ ਦੀ ਜਿਹੜੀ ਕਾਨਫਰੰਸ ਹੋਈ ਹੈ
ਉਹਦੇ ਵਿੱਚ ਸਾਰਿਆਂ ਨੇ ਇਸ ਮਤੇ ਦੀ ਤਾਈਦ ਕੀਤੀ ਹੈ ਅਤੇ ਮੁੱਖ ਹੁਣ ਸਾਡੀ ਅੱਖ ਹੈ ਜਿਹੜੇ ਸਾਡੇ ਬੰਦੀ 30-30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਹੈ ਅਤੇ ਨਜਾਇਜ਼ ਡੱਕੇ ਹੋਏ ਹੈ ਅਤੇ ਸਾਡੇ ਉੱਤੇ ਜਬਰ ਹੋ ਰਿਹਾ ਇੰਡੀਆ ਦਾ। ਇਹ ਜਬਰ ਨੂੰ ਤੋੜਨ ਦੇ ਲਈ, ਅਮਨ ਪਸੰਦ ਤਰੀਕੇ ਦੇ ਲਈ ਇਹ ਸਾਰੇ ਪ੍ਰੋਗਰਾਮ ਅੱਜ ਮੈਂ ਤੁਹਾਨੂੰ ਦਿੰਦਾ ਅਤੇ ਆਸ ਕਰਦਾ ਕਿ ਇਹਨਾਂ ਸਾਰੇ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਸ਼ਮੂਲੀਅਤ ਕਰੋਗੇ ਅਤੇ ਅਸੀਂ ਆਪਣੇ ਬੰਦੇ ਛੁਡਾਈਏ ਅਤੇ ਆਪਣੀ ਆਜ਼ਾਦੀ ਦੀ ਗੱਲ ਕਰੀਏ। ਇਹਨਾਂ ਸ਼ਬਦਾਂ ਦੇ ਨਾਲ ਆਪਣਾ ਬਹੁਤ ਬਹੁਤ ਰਿਣੀ ਹੁੰਦਾ ਹੋਇਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ